ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ। ਮੇਰੇ ਨਾਲ ਇੱਕ ਵਾਰ ਫਿਰ ਡਾਕਟਰ ਹਰਨਾਮ ਸਿੰਘ ਜੀ ਨੇ ਤੇ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਨਵੀਂ ਵਿਚਾਰ ਚਰਚਾ। ਤੇ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਡਾਕਟਰ ਸਾਹਿਬ ਇੱਕ ਅਜਿਹੇ ਵਿਸ਼ੇ ਦੇ ਉੱਤੇ ਡਿਸਕਸ ਕਰਨਗੇ ਜਿਹੜਾ ਕਿ ਤੁਸੀਂ ਪਹਿਲਾਂ ਕਦੇ ਵੀ ਇਸ ਵਿਸ਼ੇ ਦੇ ਅਸੀਂ ਡਿਸਕਸ ਨਹੀਂ ਕੀਤਾ, ਤੇ ਜਦੋਂ ਇਸ ਵਿਸ਼ੇ ਦੀ ਆਪਾਂ ਗੱਲਬਾਤ ਨੂੰ ਖਤਮ ਕਰਾਂਗੇ ਤੇ ਬਹੁਤ ਕੁਛ ਤੁਹਾਡੇ ਕੋਲੇ ਗੁਣਾਂ ਦਾ ਖਜ਼ਾਨਾ ਮਿਲਣ ਜਾ ਰਿਹਾ। ਖਾਸ ਤੌਰ ਤੇ ਭੈਣਾਂ ਨੂੰ ਲੈ ਕੇ, ਬੇਟੀਆਂ ਨੂੰ ਲੈ ਕੇ ਉਹ ਆ ਰਹੇ ਆ ਜੀ। ਗਠੀਆਵਾਦ ਕੇਸ ਬਹੁਤ ਜ਼ਿਆਦਾ ਆ ਰਹੇ ਨੇ, ਔਰ ਪੇਸ਼ੈਂਟ ਦਾ ਕਹਿਣਾ ਇਹ ਹੁੰਦਾ ਭੈਣਾਂ ਦਾ ਕਿ ਅਸੀਂ ਗਠੀਆਵਾਦੀ ਆਯੁਰਵੈਦਿਕ ਐਲੋਪੈਥੀ ਹੋਮੋਪੈਥੀ ਦਵਾਈ ਖਾ ਰਹੇ ਹਾਂ ਜਾਂ ਖਾਧੀ ਹੈ ਕਈ ਸਾਲ, ਲੇਕਿਨ ਸਾਨੂੰ ਫਰਕ ਨਹੀਂ ਪੈ ਰਿਹਾ। ਤੇ ਉਹਦੇ ਪਿੱਛੇ ਜਿਹੜਾ ਕਾਰਨ ਹੈ, ਬੈਕ ਪੇਨ ਹੋਣਾ, ਛਟਕਾ ਦਾ ਦਰਦ ਹੋਣਾ, ਸਲਿਪ ਡਿਸਕ ਹੋਣਾ, ਇਸ ਤਰ੍ਹਾਂ ਦੇ ਬਦਲੇ ਜਿਹੜੇ ਇਹਦੇ ਸਿਮਟਮ ਦੇਖਣ ਨੂੰ ਮਿਲਦੇ ਆ, ਲੇਕਿਨ ਉਹ ਬਿਮਾਰੀ ਕੀ ਹੈ ਇਹ ਹਜੇ ਤੱਕ ਜਿਹੜੀ ਮਾਡਰਨ ਸਾਇੰਸ ਹੈ ਉਸਨੂੰ ਨਹੀਂ ਪਕੜ ਪਾਈ। ਸੋ ਸਾਡਾ ਜਿਹੜਾ ਇਹ ਆਯੁਰਵੇਦ ਹੈ ਬਹੁਤ ਅਵਾਸਟ ਹੈ, ਬਹੁਤ ਡੂੰਘਾ ਹੈਗਾ, ਜਿਹਦੇ ਵਿੱਚ ਹਜ਼ਾਰਾਂ ਨੀ ਲੱਖਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਤਜਰਬੇ ਸਾਨੂੰ ਸਾਡੇ ਮਹਾਰਿਸ਼ੀਆਂ ਨੇ ਕੱਢ ਕੇ ਦਿੱਤੇ ਆ। ਸੋ ਜਿਹੜੇ ਵਿਸ਼ੇ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ ਗਰਭਵਾਤ। ਗਰਭਵਾਤ ਕਿਸ ਨੂੰ ਕਿਹਾ ਜਾਂਦਾ? ਜਦੋਂ ਵੀ ਕਿਸੇ ਭੈਣ ਦੇ ਬੇਟੀ ਦੇ ਜਦੋਂ ਡਿਲੀਵਰੀ ਹੁੰਦੀ ਹੈ, ਬੱਚਾ ਪੈਦਾ ਹੋ ਰਿਹਾ ਹੁੰਦਾ, ਉਸ ਸਮੇਂ ਤੋਂ ਸਵਾ ਮਹੀਨੇ ਤੱਕ 45 ਡੇਜ਼ ਤੱਕ ਜਿਹੜਾ ਉਸ ਔਰਤ ਨੂੰ, ਉਸ ਬੱਚੀ ਨੂੰ, ਉਸ ਬੇਟੀ ਨੂੰ ਅਸੀਂ ਐਨਵਾਇਰਮੈਂਟਲ ਸ਼ੌਕ ਤੋਂ ਬਚਾ ਕੇ ਰੱਖਣਾ ਹੁੰਦਾ। ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਤੁਸੀਂ ਇਹ ਦੇਖ ਲਓ ਕਿ ਸਵਾ ਮਹੀਨੇ ਤੱਕ ਨਹਾਉਣ ਲਈ ਵੀ ਨਹੀਂ ਦਿੱਤਾ ਜਾਂਦਾ ਸੀਗਾ। ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਪਿੰਡ ਦੇ ਉੱਤੇ ਤੁਸੀਂ ਗਿੱਲਾ ਕੱਪੜਾ ਤੁਸੀਂ ਫੇਰ ਲਓ, ਲੇਕਿਨ ਨਹਾਉਣਾ ਨਹੀਂ ਗਾ, ਪਾਣੀ ਦੇ ਸੰਪਰਕ 'ਚ ਨਹੀਂ ਆਉਣ ਦਿੱਤਾ ਜਾਂਦਾ ਸੀਗਾ। ਤੇ ਅੱਜ ਕੱਲ੍ਹ ਸਾਡੀ ਬਦਕਿਸਮਤੀ ਇਹ ਹੈ ਕਿ ਜਿਹੜੇ ਡਿਲੀਵਰੀਆਂ ਹੋ ਰਹੀਆਂ ਉਹ ਏਸੀ ਵਾਲੇ ਜਿਹੜੇ ਆ ਥੀਏਟਰਾਂ ਦੇ ਵਿੱਚ ਹੋ ਰਹੀਆਂ, ਬੱਚਿਆਂ ਨੂੰ ਠੰਡੇ ਐਨਵਾਇਰਮੈਂਟ ਦੇ ਵਿੱਚ ਰੱਖਿਆ ਜਾ ਰਿਹਾ, ਉਹਦੇ ਕਰਕੇ ਜਿਹੜੀ ਸਰੀਰ ਨੂੰ ਜਿਹੜੀ ਹਵਾ ਲੱਗਦੀ ਹੈ, ਇੱਕ ਡਿਲੀਵਰੀ ਪ੍ਰੈਗਨੈਂਟ ਲੇਡੀ ਨੂੰ ਜਿਹੜੀ ਹਵਾ ਲੱਗਦੀ ਜਦੋਂ ਉਹਦੇ ਬੱਚਾ ਹੋ ਰਿਹਾ ਹੁੰਦਾ, ਉਹਦੇ ਨਾਲ ਉਹਦੀ ਬਾਡੀ ਦਾ ਜਿਹੜਾ ਤਾਲਮੇਲ ਹੈ ਪ੍ਰੋਪਰ ਨਹੀਂ ਬਹਿ ਪਾਉਂਦਾ, ਤੇ ਕਿਤੇ ਨਾ ਕਿਤੇ ਉਹ ਸਰੀਰ 'ਚ ਵਾਯੂ ਜਿਹੜੀ ਹੈ ਉਹ ਐਂਟਰ ਕਰ ਜਾਂਦੀ ਹੈ ਸਰੀਰ ਦੇ ਹਰ ਇੱਕ ਭਾਗ ਦੇ ਵਿੱਚ। ਇਹਨੂੰ ਆਯੁਰਵੇਦ ਦੇ ਵਿੱਚ ਗਰਭਵਾਤ ਕਿਹਾ ਜਾਂਦਾ ਜੀ। ਬਿਲਕੁਲ ਜੀ ਡਾਕਟਰ ਸਾਹਿਬ, ਤੇ ਆਪਾਂ ਜਦੋਂ ਕਦੇ ਫਿਲਮਾਂ ਦੇ ਵਿੱਚ ਵੀ ਦੇਖਦੇ ਹਾਂ ਜਾਂ ਫਿਰ ਪੁਰਾਣੇ ਸਮੇਂ ਦੇ ਵਿੱਚ ਦਾਈਆਂ ਨੂੰ ਡਿਲੀਵਰੀ ਕਰਦੇ ਵਕਤ ਦੇਖਦੇ ਹਾਂ ਜੀ, ਤੇ ਇੱਕ ਚੀਜ਼ ਜਿਹੜੀ ਕਾਮਨ ਦਿਖਦੀ ਹੈ ਉਹ ਇਹ ਦਿਖਦੀ ਹੈ ਕਿ ਅੰਦਰ ਗਰਮ ਪਾਣੀ ਲੈ ਕੇ ਜਾਇਆ ਜਾ ਰਿਹਾ ਹੁੰਦਾ ਜੀ। ਭੱਜਾ ਨੱਠੀ ਦੇ ਵਿੱਚ ਅੰਦਰੋਂ ਗਰਮ ਪਾਣੀ ਕੋਈ ਲੈ ਕੇ ਨਿਕਲ ਰਿਹਾ ਹੁੰਦਾ ਤੇ ਕੋਈ ਪਤੀਲਾ ਗਰਮ ਗਰਮ ਅੰਦਰ ਲੈ ਕੇ ਜਾ ਰਿਹਾ। ਜੀ 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 ਬਿਲਕੁਲ। ਤੇ ਉਹ ਇਸ ਕਰਕੇ ਹੁੰਦਾ ਕਿਉਂਕਿ ਬਾਡੀ ਦਾ ਟੈਂਪਰੇਚਰ, ਬੱਚੇ ਦਾ ਟੈਂਪਰੇਚਰ ਅੰਦਰੋਂ ਨਿਕਲ ਕੇ ਬਾਹਰ ਆਉਣ ਦਾ ਤੇ ਬਾਹਰ ਦਾ ਟੈਂਪਰੇਚਰ ਦੇ ਵਿੱਚ ਕਾਫੀ ਫਰਕ ਹੁੰਦਾ, ਤੇ ਇਸ ਕਰਕੇ ਡਿਲੀਵਰੀ ਤੋਂ ਬਾਅਦ ਬੱਚੇ ਨੂੰ ਨਵਾਉਣਾ, ਜਿਹੜਾ ਉਹ ਸਾਫ਼ ਸਫਾਈ ਦਾ ਕੰਮ ਹੈ ਉਹ ਸਾਰਾ ਦਾ ਸਾਰਾ ਜਿਹੜਾ ਉਹ ਬਾਡੀ ਦੇ ਟੈਂਪਰੇਚਰ ਦੇ ਅਨੁਸਾਰ ਜਿਹੜਾ ਪਾਣੀ ਹੁੰਦਾ ਉਹਦੇ ਮੁਤਾਬਕ ਕੀਤਾ ਜਾਂਦਾ। ਬਟ ਅੱਜ ਕੱਲ੍ਹ ਏਸੀ ਰੂਮ, ਏਸੀ ਕਮਰੇ, ਏਸੀ ਆਪਰੇਸ਼ਨ ਥੀਏਟਰਸ ਤੇ ਏਸੀ ਜਿਹੜੇ ਵਾਰਡ ਜਿਹੜੇ ਨੇ ਉਹਨਾਂ ਦੇ ਵਿੱਚ ਜਦੋਂ ਡਿਲੀਵਰੀ ਹੋ ਕੇ ਜਾਂ ਡਿਲੀਵਰੀ ਹੋਣ ਲੱਗਿਆ ਜਾਂ ਡਿਲੀਵਰੀ ਹੋਣ ਤੋਂ ਬਾਅਦ ਜਦੋਂ ਜੱਚਾ ਨੂੰ ਰੱਖਿਆ ਜਾਂਦਾ ਹੈ ਤਾਂ ਫਿਰ ਉਹ ਨਾ ਕੇਵਲ ਬੱਚੇ ਨੂੰ ਬਲਕਿ ਜੱਚਾ ਨੂੰ ਵੀ ਜਿਹੜੀ ਆ ਉਹ ਗਰਭਵਾਤ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਉਹ ਗਰਭਵਾਤ ਤੋਂ ਬਾਅਦ ਫਿਰ ਜਿਹੜੀਆਂ ਅਸਲ ਜਿਹੜੀਆਂ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ। ਤੇ ਉਹ ਅਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਲੱਗਦੀਆਂ ਤੇ ਆਮ ਨੇ ਪਰ ਸਮਝ ਨਹੀਂ ਆ ਰਹੀ ਹੁੰਦੀ, ਤੇ ਫਿਰ ਡਾਕਟਰ ਸਾਹਿਬ ਕੋਲ ਆ ਕੇ ਹੀ ਪਤਾ ਲੱਗਦਾ। ਕੀ ਤੁਹਾਡਾ ਤਜਰਬਾ ਜੀ? ਕਲੋਜੀ ਪਿਛਲੇ 18 ਸਾਲ ਤੋਂ ਜਿਵੇਂ ਮੈਂ ਦੇਖ ਰਿਹਾ ਪੇਸ਼ੈਂਟ
ਗਰਭਵਾਦ ਦਾ ਜਿਹੜਾ ਪੇਸ਼ੈਂਟ ਹੈ ਉਹ ਪਹਿਲਾਂ ਕੋਈ 100 ਚ ਇੱਕ ਜਾਂ 1000 ਚ ਇੱਕ ਦੋ ਪੇਸ਼ੈਂਟ ਦੇਖਣ ਨੂੰ ਮਿਲਦੇ ਸੀ। ਕਹਿੰਦੇ ਜੀ ਜਨੇਪੇ ਚ ਹਵਾ ਲੱਗ ਗਈ, ਹਾਂ ਜਾਪੇ ਦੇ ਵਿੱਚ ਹਵਾ ਲੱਗ ਗਈ, ਜਨੇਪੇ ਚ ਹਵਾ ਲੱਗ ਗਈ, ਡਿਲੀਵਰੀ ਟਾਈਮ ਜਦੋਂ ਐਨਵਾਇਰਮੈਂਟਲ ਸ਼ੌਕ ਲੱਗਦਾ। ਪਹਿਲਾਂ ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਇਹਦਾ ਇਹ ਤੋਂ ਬਚਣ ਦਾ ਸਭ ਤੋਂ ਵੱਡਾ ਕਾਰਨ ਸੀਗਾ ਜੀ ਸਾਡੇ ਜਿਹੜੇ ਜੁਆਇੰਟ ਫੈਮਿਲੀ ਸੀਗੀਆਂ, ਜਿਵੇਂ ਜਿਵੇਂ ਫੈਮਿਲੀ ਨਿਊਕਲੀਅਰ ਹੁੰਦੀਆਂ ਗਈਆਂ ਬੱਚੇ ਆਪਦੀਆਂ ਜੜਾਂ ਨਾਲੋਂ ਟੁੱਟਦੇ ਗਏ, ਦਾਦੀਆਂ ਨਾਨੀਆਂ ਸਾਡੀਆਂ ਬਜ਼ੁਰਗ ਦਾਦੀਆਂ ਚਾਚੀਆਂ ਜਦੋਂ ਘਰਾਂ ਚ ਹੁੰਦੀਆਂ ਸੀਗੀਆਂ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਸੀ ਤੇ ਉਹਨਾਂ ਕਿਉਂਕਿ ਉਹ ਇਸ ਸਟੇਜ ਚੋਂ ਟੱਪੀਆਂ ਹੁੰਦੀਆਂ ਸੀ, ਐਕਸਪੀਰੀਅੰਸ ਹੁੰਦਾ ਸੀ ਉਹਨਾਂ ਨੂੰ ਤੇ ਇਸ ਲਈ ਉਹਨਾਂ ਨੂੰ ਗਾਈਡ ਕਰਦੇ ਨੇ। ਔਰਤ ਨੂੰ ਇਹ ਦੇਖ ਲਓ ਜੀ 1.25 ਮਹੀਨੇ ਤੱਕ ਨਹਾਉਣ ਨਹੀਂ ਦਿੱਤਾ ਜਾਂਦਾ ਸੀਗਾ ਔਰ ਡੇਲੀ ਉਹਦੀ ਬੋਡੀ ਦੀ ਮਾਲਿਸ਼ ਹੁੰਦੀ ਸੀ, ਬੱਚੇ ਦੀ ਮਾਲਿਸ਼ ਹੁੰਦੀ ਸੀ। ਬਿਲਕੁਲ, ਤਾਂ ਹੀ ਇਹ ਜਿਹੜੇ ਬੱਚੇ ਸੀਗੇ ਜੇ ਆਪਾਂ ਪੁਰਾਣੀ ਗੱਲ ਕਰੀਏ ਜਦੋਂ ਸਾਡੀ ਜਨਮ ਹੋਇਆ ਸਾਡੀਆਂ ਦਾਦੀਆਂ ਨੇ ਸਾਨੂੰ ਮੱਖਣਾਂ ਦੇ ਨਾਲ ਦੇਸੀ ਘਿਓ ਦੇ ਨਾਲ ਮਾਲਿਸ਼ਾਂ ਕੀਤੀਆਂ ਪੂਰਾ ਪੂਰਾ 1.25 ਮਹੀਨਾ 3-3 ਮਹੀਨੇ ਤੱਕ ਉਹਦੀ ਮਾਲਿਸ਼ ਹੁੰਦੀ ਸੀ ਜੱਚਾ ਬੱਚਾ ਦੋਨਾਂ ਦੀ। ਪਰ ਅੱਜ ਦੀ ਡੇਟ ਦੇ ਵਿੱਚ ਇੱਕ ਜਿਹੜੀ ਦੌੜ ਭੱਜ ਦੀ ਜ਼ਿੰਦਗੀ ਹੈ ਉਹਦੇ ਵਿੱਚ ਹੁੰਦਾ ਕੀ ਹੈ, ਇੱਕ ਲੇਡੀ ਨੇ ਮਹੀਨਾ ਇੱਕ ਉਹਨੂੰ ਇੰਨਾ ਸਿਖਾਇਆ ਗਿਆ ਕਿ ਇੱਕ ਮਹੀਨਾ ਘਰੋਂ ਵੀ ਬਾਹਰ ਜਾਣਾ ਲੇਕਿਨ ਠੰਡਾ ਪਾਣੀ ਨਾਲ ਨਹਾਉਣਾ ਹੈ, ਕੋਲਡ ਡਰਿੰਕ ਪੀਣਾ ਹੈ, ਤੁਸੀਂ ਪੀਜ਼ਾ ਖਾਣਾ ਹੈ, ਤੁਸੀਂ ਬਰਗਰ ਖਾਣਾ ਹੈ, ਜੋ ਮਰਜ਼ੀ ਪੁਟਾਸੀ ਦਾ ਖਾਓ, ਉਹਨੂੰ ਰੋਕਣ ਵਾਲਾ ਕੋਈ ਨਹੀਂ ਕਿਉਂਕਿ ਉਹਨੂੰ ਦੱਸਣ ਵਾਲਾ ਕੋਈ ਨਹੀਂ। ਸੋ ਜਦੋਂ ਤੋਂ ਇਹ ਨਿਊਕਲੀਅਰ ਫੈਮਿਲੀਜ਼ ਆਈਆਂ ਔਰ ਇਹਦੇ ਵਿੱਚ ਲੋਕਾਂ ਦੇ ਵਿੱਚ ਮਾਡਰਨ ਸਾਇੰਸ ਵੱਲ ਜ਼ਿਆਦਾ ਝੁਕਾਅ ਹੋ ਗਿਆ ਕਿਉਂਕਿ ਮਾਡਰਨ ਸਾਇੰਸ ਮੰਨਦੀ ਨਹੀਂ ਇਸ ਚੀਜ਼ ਨੂੰ ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਰੁੱਤ ਹੈ ਉਹ ਹਰ 3 ਮਹੀਨੇ ਬਾਅਦ ਬਦਲਦੀ ਹੈ। 4 ਰੁੱਤਾਂ ਨੇ ਹਿੰਦੁਸਤਾਨ ਦੇ ਵਿੱਚ, ਏਸ਼ੀਆ 'ਚ ਖਾਸ ਤੌਰ 'ਤੇ, ਪਰ ਜਿਹੜੇ ਵਰਲਡ ਦੇ ਵਿੱਚ ਆਪਾਂ ਬਾਹਰ ਜਿੱਥੇ ਵੈਸਟਰਨ ਕਲਚਰ ਦੀ ਗੱਲ ਕਰੀਏ ਉੱਥੇ ਸਿਰਫ 9 ਮਹੀਨੇ ਉੱਥੇ ਬਰਫ਼ ਰਹਿੰਦੀ ਅਤੇ 3 ਮਹੀਨੇ ਸਿਰਫ ਦੇਖਣ ਨੂੰ ਦਿਨ ਚੜ੍ਹਦਾ, ਅਦਰਵਾਈਜ਼ ਕਹਿੰਦਾ ਮਤਲਬ ਬਰਫ਼ ਨਾਲ ਹੀ ਢਕੇ ਹੁੰਦੇ ਆ। ਸੋ ਉਹਨਾਂ ਲਈ ਉਹ ਚੀਜ਼ ਸ਼ਾਇਦ ਉਹਨਾਂ ਨੂੰ ਮੁਬਾਰਕ ਹੈ, ਉਹਨਾਂ ਨੂੰ ਫਿੱਟ ਬਹਿ ਸਕਦੀ ਹੈ, ਲੇਕਿਨ ਸਾਡੇ ਸਰੀਰ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜੋ ਪਰਿਸਥਿਤੀਆਂ ਨੇ, ਜੋ ਸਾਡਾ ਇਨਵਾਇਰਮੈਂਟ ਹੈ ਉਹਦੇ ਅਕੋਰਡਿੰਗ ਜੋ ਸਾਡੇ ਪੁਰਖਾਂ ਨੇ ਚੀਜ਼ਾਂ ਬਣਾਈਆਂ ਸੀ ਜਦੋਂ ਅਸੀਂ ਉਹਨਾਂ ਤੋਂ ਉਹ ਲਕਸ਼ਮਣ ਰੇਖਾ ਜਦੋਂ ਕਰੋਲੇ ਰਹਿਤ ਹੈ ਸਾਨੂੰ ਚੱਕ ਕੇ ਲੈ ਜਾਂਦਾ ਤੇ ਸਾਡੇ ਸਰੀਰ ਨੂੰ ਹਰਨ ਕਰ ਲੈਂਦਾ ਜੀ। ਡਾਕਟਰ ਸਾਹਿਬ ਆਈਏ ਤਾਂ ਗੱਲ ਗਰਭਵਾਤ ਦੀ ਜਿਹੜੀ ਅਸਰ ਹੈ ਉਹ ਸਿੱਧਾ ਮੈਨੂੰ ਲੱਗਦਾ ਕਿ ਜਿੱਥੇ ਤੱਕ ਇਹ ਹੈ ਕਿ ਬਹੁਤ ਸਾਰੀਆਂ ਲੇਡੀਜ਼ ਨੂੰ ਅਜਿਹਾ ਜ਼ੁਕਾਮ ਲੱਗ ਜਾਂਦਾ ਜਿਹੜਾ ਜਲਦੀ ਜਲਦੀ ਜਿਹੜਾ ਉਹ ਰਿਕਵਰ ਨਹੀਂ ਹੁੰਦਾ ਤੇ ਸਾਰੀ ਉਮਰ ਹੀ ਲੰਘ ਜਾਂਦੀ ਹੈ। ਕਹਿੰਦੇ ਜਨੇਪੇ ਚ ਹਵਾ ਲੱਗ ਗਈ ਤੇ ਜ਼ੁਕਾਮ ਜਿਹੜਾ ਰੇਸ਼ਾ ਜਿਹੜਾ ਉਹਦਾ ਡਿੱਗਦਾ ਰਹਿੰਦਾ, ਰੈਸਪੀਰੇਟਰੀ ਟ੍ਰੈਕ ਤੇ ਜ਼ਿਆਦਾ ਅਸਰ ਪੈਂਦਾ ਜੀ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜੀ ਹਵਾ ਹੈ ਉਹ ਸਾਡੇ ਨੱਕ ਦੇ ਰਾਹੀਂ ਜਾਂ ਮੂੰਹ ਰਾਹੀਂ ਸਾਡੇ ਲੰਗਸ 'ਚ ਜਾਊ, ਉਸ ਤੋਂ ਬਾਅਦ ਉਹ ਹੌਲੀ ਹੌਲੀ ਸਾਡੇ ਬਲੱਡ ਦੇ ਵਿੱਚ ਜਾ ਕੇ RBC ਉਹਨੂੰ ਕੈਰੀ ਕਰਦੇ ਤੇ ਹੌਲੀ ਹੌਲੀ ਪੂਰੀ ਬਾਡੀ 'ਚ ਟਰੈਵਲ ਕਰਦੀ ਹੈ ਔਰ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਫਸਟ ਟਾਈਮ ਆਉਂਦਾ ਸਾਡੇ ਰੈਸਪੀਰੇਟਰੀ ਟ੍ਰੈਕ ਤੇ ਆਉਂਦਾ। ਬਸ ਇਹ ਲਾ ਲਓ ਸਾਡੀ ਹਿੰਦੁਸਤਾਨ ਦਾ ਕਲਚਰ ਲਾ ਲਓ ਜਿਹੜਾ ਬਚਾਈ ਬੈਠਾ ਰੈਸਪੀਰੇਟਰੀ ਟ੍ਰੈਕ ਨੂੰ ਤੇ ਜਿਹਦੇ ਕਰਕੇ ਕਿਤੇ ਨਾ ਕਿਤੇ ਇਹ ਚੀਜ਼ ਥੋੜ੍ਹੀ ਜਿਹੀ ਲੇਟ ਜਾ ਕੇ ਬਾਡੀ ਤੇ ਇਫੈਕਟ ਕਰਦੀ। ਉਹਦਾ ਕਾਰਨ ਹੈ ਪੰਜੀਰੀ ਦਾ ਕਲਚਰ ਹੋਣਾ, ਜਿਹੜੀ ਪੰਜੀਰੀ ਦੇ ਵਿੱਚ ਕੁਛ ਗਰਮ ਦਵਾਈਆਂ ਪਾਈਆਂ ਜਾਂਦੀਆਂ ਜਿਵੇਂ ਸੁੰਡ ਪਾ ਦਿੰਦੇ ਆ, ਸਫੇਦ ਮੁਸਲੀ, ਕਾਲੀ ਮੁਸਲੀ, ਵੱਡੀ ਇਲਾਇਚੀ, ਇਸੇ ਤਰ੍ਹਾਂ ਕਮਰਕਸ ਪਾਈ ਜਾਂਦੀ ਹੈ, ਉਹਦੇ ਚ ਮੋਚ ਰਸ ਪਾਇਆ ਜਾਂਦਾ, ਕਿੱਕਰ ਦੀ ਗੂੰਦ ਪਾਈ ਜਾਂਦੀ। ਇਹ ਸਾਰੀਆਂ ਔਸ਼ਧੀਆਂ ਸਰੀਰ ਵਿੱਚ ਕਫ ਤੇ ਵਾਤ ਨੂੰ ਘਟਾਉਂਦੀਆਂ ਨੇ, ਪਰ ਜਿਹੜਾ ਤੁਹਾਡੇ ਖੂਨ ਦੇ ਵਿੱਚ ਵਾਯੂ ਵੜ ਚੁੱਕੀ ਹੈ, ਪੁਰਾਣੇ ਜ਼ਮਾਨੇ ਤੁਸੀਂ ਦੇਖਿਆ ਹੋਣਾ ਜੀ ਜਦੋਂ ਡਿਲੀਵਰੀ ਹੁੰਦੀ ਸੀ ਲੇਡੀਜ਼ ਦੇ ਕੰਨ ਵੀ ਢੱਕੇ ਹੁੰਦੇ ਸੀ, ਠੀਕ ਹੈ, ਉਹਦੇ ਮੂੰਹ ਨੂੰ ਵੀ ਕਵਰ ਕਰਕੇ ਰੱਖਿਆ ਜਾਂਦਾ ਸੀਗਾ, ਸਰਦੀ ਹੋਵੇ ਜਾਂ ਗਰਮੀ, ਗਰਮੀਆਂ 'ਚ ਵੀ ਉਹਦੀ ਬਾਡੀ ਨੂੰ ਇਸ ਤਰ੍ਹਾਂ ਰੈਪ ਕਰਕੇ ਰੱਖਿਆ ਜਾਂਦਾ ਸੀਗਾ, ਪਸੀਨਾ ਲਿਆਉਂਦੇ ਸੀ ਉਹਨੂੰ ਤੇ ਤਾਂ ਕਿ ਉਹਨੂੰ ਹਵਾ ਨਾ ਲੱਗੇ। ਇਨਵਾਇਰਮੈਂਟਲ ਸ਼ੌਕ ਦੀ ਜਿਹੜੀ ਸਟੱਡੀ ਹੈ ਉਹ ਸਾਡੀ ਜਿਹੜੀ ਪ੍ਰਾਂਤ ਜਿਹੜੀ ਸੱਭਿਅਤਾ ਉਹਦੇ ਤੋਂ ਇਹ ਵੀ ਪਤਾ ਲੱਗਦਾ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਲੇਡੀਜ਼ ਦੇ ਜਿਹੜੇ ਪੂਰੀ ਬਾਡੀ ਦੇ ਜਿਹੜੀ ਕੱਪੜੇ ਕਵਰ ਕਰਨ ਦੀ ਰਵਾਇਤ ਹੁੰਦੀ ਸੀਗੀ, ਜਿਵੇਂ ਮੁਸਲਿਮ ਫੈਮਿਲੀਜ਼ ਦੇ ਵਿੱਚ ਬੁਰਕਾ ਪਾਉਂਦੇ ਆ, ਸਿੱਖ ਫੈਮਿਲੀਜ਼ ਦੇ ਵਿੱਚ ਵੀ ਜਿਹੜੇ ਆ ਪਰਦਾ ਤਾਂ ਨਹੀਂ ਕਰਦੇ ਸੀ ਲੇਕਿਨ ਸਿਰ
ਢੱਕਿਆ ਹੁੰਦਾ ਸੀਗਾ ਜਿਹਦੇ 'ਚ ਕੰਨ ਕਵਰਡ ਹੁੰਦੇ ਸੀਗੇ। ਉਸ ਤੋਂ ਇਲਾਵਾ ਬੋਡੀ ਦਾ ਸਿਰਫ ਫੇਸ ਨੂੰ ਛੱਡ ਕੇ ਗਲੇ ਦੇ ਜਿਹੜੇ ਗਲੇ ਤੋਂ ਨਾਲ ਲੱਗਵੇ ਕੱਪੜੇ ਹੁੰਦੇ ਸੀ ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚ ਕਿਤੇ ਵੀ ਡਾਇਰੈਕਟ ਹਵਾ ਦਾ ਸਾਡੇ ਬੋਡੀ ਨੂੰ ਟੱਚ ਨਹੀਂ ਕਰਦੀ ਸੀਗੀ। ਸੋ ਤੁਸੀਂ ਦੇਖਿਆ ਹੋਣਾ ਪੁਰਾਣੇ ਜਿੰਨੇ ਵੀ ਰਿਸ਼ੀ ਮੁਨੀ ਹੁੰਦੇ ਆ ਉਹਨਾਂ ਦੇ ਕੇਸ ਰੱਖੇ ਹੁੰਦੇ ਸੀਗੇ। ਸੋ ਕਿਤੇ ਨਾ ਕਿਤੇ ਉਹ ਕੇਸ ਰੱਖਣ ਨਾਲ ਵੀ ਇੱਕ ਕੇਸਾਂ ਨੂੰ ਵੀ ਯਾਨੀ ਕਿ ਸਾਡੇ ਸਿਰ ਨੂੰ ਵੀ ਡਾਇਰੈਕਟ ਜਿਹੜਾ ਹਵਾ ਦਾ ਐਨਵਾਇਰਮੈਂਟ ਦਾ ਸ਼ੌਕ ਹੈ ਉਹਦੇ ਬਚਾਉਣ ਲਈ ਉਹ ਪ੍ਰਥਾ ਸੀਗੀ। ਬਿਲਕੁਲ ਜੀ, ਕ੍ਰਿਸ਼ਨ ਭਗਵਾਨ ਨੂੰ ਕੇਸ਼ਵ ਕਿਹਾ ਗਿਆ ਹੈ। ਜੀ 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 ਬਿਲਕੁਲ, ਕ੍ਰਿਸ਼ਨ ਜੀ ਦੇ ਕੇਸ਼ ਹੁੰਦੇ ਸੀਗੇ। ਦੇਖੋ ਇਹ ਬਹੁਤ ਵੱਡੀ ਕੰਟਰੋਵਰਸੀ ਹੈ ਪਰ ਮੈਂ ਇਸ ਵੱਲ ਨਹੀਂ ਜਾਵਾਂਗਾ। ਮੈਂ ਸਿਰਫ ਇਹ ਗੱਲ ਕਹਿਣਾ ਚਾਹਾਂਗਾ ਕਿ ਜਿਹੜੇ ਕੇਸ ਰੱਖਣ ਦਾ ਮਹੱਤਵ ਸੀਗਾ ਉਹ ਅੱਛਾ, ਪਗੜੀ ਵੀ ਸਾਰੇ ਧਰਮਾਂ ਚ ਬੰਨੀ ਜਾਂਦੇ ਸੀ, ਅੱਜ ਵੀ ਬਾਗੜੀ ਫੈਮਿਲੀਜ਼ ਬੰਨਦੀਆਂ ਨੇ। ਰਾਜਸਥਾਨ ਚ ਦੇਖ ਲਓ ਤੁਸੀਂ, ਗੁਜਰਾਤ ਚ ਦੇਖ ਲਓ, ਜੰਮੂ ਕਸ਼ਮੀਰ ਚ ਦੇਖ ਲਓ, ਉਹਨਾਂ ਦੀ ਪਗੜੀ ਦਾ ਢੰਗ ਅਲੱਗ ਹੋ ਸਕਦਾ ਲੇਕਿਨ ਸਿਰ ਨੂੰ ਢੱਕਣ ਦੀ ਪ੍ਰਥਾ ਜਿਹੜੀ ਹੈ ਉਹ ਹਰ ਧਰਮ ਹਰ ਦੇਸ਼ ਦੇ ਵਿੱਚ ਕੀਤੀ ਜਾਂਦੀ ਸੀ। ਕਿਤੇ ਨਾ ਕਿਤੇ ਉਹ ਸਾਨੂੰ ਪਤਾ ਸੀ, ਸਾਡੇ ਬਜ਼ੁਰਗਾਂ ਨੂੰ ਪਤਾ ਸੀ ਕਿ ਸਾਡੇ ਸਰੀਰ ਨੂੰ ਜਿਹੜੀ ਠੰਡ ਲੱਗਦੀ ਹੈ ਜਾਂ ਸਾਡੇ ਸਰੀਰ ਨੂੰ ਹਵਾ ਲੱਗਦੀ ਹੈ ਸਾਡੇ ਸਿਰ ਤੋਂ ਹੀ ਸ਼ੁਰੂ ਹੁੰਦਾ ਕੰਮ। ਸੋ ਇਸ ਕਰਕੇ ਬੋਡੀ ਦੇ ਟੈਂਪਰੇਚਰ ਨੂੰ ਮੇਨਟੇਨ ਰੱਖਣ ਵਾਸਤੇ ਪੂਰੀ ਬੋਡੀ ਨੂੰ ਕਵਰ ਕਰਕੇ ਰੱਖਿਆ ਜਾਂਦਾ ਸੀਗਾ ਤੇ ਜਿਹਦੇ ਕਰਕੇ ਜਿਹੜੀਆਂ ਲੇਡੀਜ਼ ਨੂੰ ਗਰਭਵਾਦ ਦੀ ਜਿਹੜੀ ਸਮੱਸਿਆ ਕਦੀ ਨਹੀਂ ਆਉਂਦੀ ਸੀ। ਜੀ, ਗਰਭਵਾਦ ਦੇ ਕਰਕੇ ਜਿਹੜਾ ਰੈਸਪੀਰੇਟਰੀ ਟ੍ਰੈਕ ਦੇ ਉੱਤੇ ਅਸਰ ਪੈਂਦਾ, ਜ਼ੁਕਾਮ, ਛਿੱਕਾਂ, ਰੇਸ਼ਾ, ਇਹ ਤਾਂ ਬਹੁਤ ਵੱਡੀ ਜਿਹੜੀ ਸਮੱਸਿਆ ਹੈਗੀ ਹੈ। ਇਸ ਤੋਂ ਇਲਾਵਾ ਹੋਰ ਕੋਈ ਯੂਟਰਸ ਦੀਆਂ ਸਮੱਸਿਆ ਵੀ ਜ਼ਿਆਦਾ ਕਰਕੇ ਗਰਭਵਾਦ ਕਰਕੇ ਹੁੰਦੀਆਂ? ਜੀ ਬਿਲਕੁਲ ਜੀ ਬਿਲਕੁਲ, ਜਿਹੜਾ ਬੋਡੀ ਦੇ ਵਿੱਚ ਸਾਈਕਲ ਚੱਲਦਾ 28 ਡੇਜ਼ ਦਾ, ਜਦੋਂ ਤੁਹਾਡਾ ਰੈਸਪੀਰੇਟਰੀ ਟ੍ਰੈਕ ਠੀਕ ਨਹੀਂ ਹੈਗਾ, ਤੁਹਾਡਾ ਡਾਈਜੈਸ਼ਨ ਠੀਕ ਨਹੀਂ ਹੈਗਾ ਗਾ ਤੇ ਤੁਹਾਡੇ ਬੋਡੀ ਦੇ ਜਿਹੜੇ ਹਾਰਮੋਨ ਹੈ ਉਹ ਕਿਵੇਂ ਠੀਕ ਹੋ ਸਕਦੇ ਨੇ। ਸੋ ਜਦੋਂ ਹਾਰਮੋਨ ਡਿਸਟਰਬ ਹੁੰਦੇ ਆ, ਹੁਣ ਹਰ ਤੀਜੀ ਲੇਡੀ ਨੂੰ ਥਾਇਰਾਇਡ ਹੈ, ਡਾਕਟਰਾਂ ਨੂੰ ਪੁੱਛ ਲਓ ਉਹਨਾਂ ਕੋਲ ਜਵਾਬ ਹੀ ਹੈ ਨਹੀਂ ਕਿਉਂ ਹੈ, ਨਹੀਂ ਪਤਾ। ਠੀਕ ਹੈ, ਜੰਮਦੇ ਬੱਚੇ ਨੂੰ ਪੀਲੀਆ ਹੋ ਰਿਹਾ ਕਿਉਂ ਹੋ ਰਿਹਾ, ਨਹੀਂ ਪਤਾ। ਸੋ ਕਿਤੇ ਨਾ ਕਿਤੇ ਇਹ ਜਿਹੜੀ ਮਾਡਰਨ ਸਾਇੰਸ ਦੇ ਚੱਕਰ ਦੇ ਵਿੱਚ ਅਸੀਂ ਆਪਦਾ ਕਲਚਰ ਨੂੰ ਦੂਰ ਕਰਤਾ, ਉਹਦੇ ਨਾਲ ਸਾਨੂੰ ਇਹ ਜਿਹੜੀਆਂ ਬਿਮਾਰੀਆਂ ਹੋ ਰਹੀਆਂ। ਇਸ ਤੋਂ ਇਲਾਵਾ ਜਿਵੇਂ ਤੁਸੀਂ ਗੱਲ ਕੀਤੀ ਹੈ ਯੂਟਰਸ ਦੀ, ਜਿਹੜੀਆਂ ਫਾਈਬਰਸ ਨੇ, ਅੱਜ ਕੱਲ੍ਹ ਤੁਸੀਂ ਇੱਕ ਚੀਜ਼ ਦੇਖੋ ਕੁਲਵੰਤ ਜੀ, ਮੇਰੇ ਕੋਲ ਬੈਠਿਆ ਵੀ ਆ, ਤੁਸੀਂ ਹੋਰ ਡਾਕਟਰਸ ਕੋਲ ਵੀ ਦੇਖਿਆ ਹੋਣਾ ਕਿ ਅੱਜ ਕੱਲ੍ਹ ਕੁਆਰੀਆਂ ਬੱਚੀਆਂ ਨੂੰ ਪੀਸੀਓਡੀ ਸਮੱਸਿਆ ਹੋ ਰਹੀ, ਬਿਲਕੁਲ ਬਹੁਤ ਜ਼ਿਆਦਾ ਹੋ ਰਹੀ ਹੈ। ਉਹਦਾ ਕਾਰਨ ਹੈ ਕਿ ਆਪਾਂ ਆਫ ਦਾ ਕੈਮਰਾ ਵੀ ਗੱਲ ਕਰ ਰਹੇ ਸੀ ਅੱਜ ਸੁਬਾਹ, ਕਿਸੇ ਮਹਾਂਪੁਰਸ਼ ਦੀ ਗੱਲ ਤੁਸੀਂ ਮੈਨੂੰ ਸੁਣਾ ਰਹੇ ਸੀਗੇ ਕਿ ਜਿਹੜਾ ਜਵਾਨੀ ਦਾ ਸਿਖਰ ਹੈ ਉਹ 17 ਸਾਲ ਤੋਂ ਲੈ ਕੇ ਤੇ 24 ਸਾਲ ਤੱਕ 25 ਸਾਲ ਤੱਕ ਹੁੰਦਾ ਤੇ ਇਹਨਾਂ ਸਮਿਆਂ ਦੇ ਵਿੱਚ ਸਾਡੇ ਬੱਚਿਆਂ ਦੇ ਉੱਤੇ ਸਿਰਫ ਅਸੀਂ ਪੜ੍ਹਾਈ ਦਾ ਪ੍ਰੈਸ਼ਰ ਪਾ ਦਿੰਦੇ ਹਾਂ, ਹੋਸਟਲਾਂ 'ਚ ਦਾਖਲ ਕਰਾ ਦਿੰਦੇ ਹਾਂ, ਪੜ੍ਹਾਈ ਦਾ ਪ੍ਰੈਸ਼ਰ ਪਾ ਦਿੰਦੇ ਹਾਂ, ਉਹਦੇ ਕਰਕੇ ਜੋ ਐਕਚੁਅਲ 'ਚ ਉਹਨਾਂ ਦੇ ਬੋਡੀ ਦੀ ਗਰੋਥ ਤੇ ਉਹਨਾਂ ਦੇ ਆਰਗਨ ਦੀ ਯੂਜਿਸ ਹੁੰਦੀ ਹੈ ਉਸ ਟਾਈਮ ਨਹੀਂ ਹੋ ਪਾਉਂਦੀ, ਜਿਹਦੇ ਕਰਕੇ ਕੀ ਹੁੰਦਾ ਲੇਡੀਜ਼ ਜਿਹੜੀਆਂ ਬੱਚੀਆਂ ਹੈ ਉਹਨਾਂ ਦੇ ਐੱਗ ਬਣ ਬਣ ਕੇ ਜਦੋਂ ਉਹ ਫਰਟਾਈਲ ਨਹੀਂ ਹੁੰਦੇ ਗੇ, ਉਹਨੂੰ ਯੂਜ਼ ਨਹੀਂ ਕੀਤਾ ਜਾਂਦਾ ਹੈਗਾ, ਤਾਂ ਕਿਤੇ ਨਾ ਕਿਤੇ ਬੋਡੀ ਨੂੰ ਲੱਗਦਾ ਕਿ ਇਹ ਚੀਜ਼ ਸਹੀ ਨਹੀਂ ਹੈਗੀ, ਜਾਂ ਉਹ ਇਹ ਲਾ ਲਓ ਜਿਹੜੇ ਐੱਗ ਹੈ ਉਹ ਵਿੱਚ ਹੀ ਰਹਿਣੇ ਸ਼ੁਰੂ ਹੋ ਜਾਂਦੇ ਤੇ ਹੌਲੀ ਹੌਲੀ ਜਿਹੜੀਆਂ ਫਲੋਪੀ ਟਿਊਬਸ ਆ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ, ਇਸੇ ਕਾਰਨ ਕਰਕੇ ਸਿਸਟ ਹੁੰਦੀ ਹੈ। ਔਰ ਸਭ ਤੋਂ ਵੱਡਾ ਕਾਰਨ ਹੈ ਬੱਚੇ ਨੂੰ ਨਿਊਟ੍ਰੀਸ਼ਨ ਦੀ ਘਾਟ, ਜੇ ਬੱਚਾ ਆਪਦੇ ਪਰਿਵਾਰ ਚ ਰਹੇਗਾ ਉਹ ਖਾਣਾ ਪ੍ਰੋਪਰ ਤਰੀਕੇ ਨਾਲ ਖਾਏਗਾ, ਫਰੂਟਸ ਖਾਏਗਾ, ਉਹਦਾ ਜਿਹੜਾ ਮੈਂਟਲ ਹੈਲਥ ਹੈ ਉਹ ਵੀ ਅੱਛੀ ਹੋਏਗੀ। ਪੀਸੀਓਡੀ ਦਾ ਇੱਕ ਬਹੁਤ ਵੱਡਾ ਕਾਰਨ ਹੈਗਾ ਸਾਡੀ ਮੈਂਟਲ ਹੈਲਥ, ਜਿਹੜੇ ਬੱਚੇ ਹੋਸਟਲ ਚ ਰਹਿੰਦੇ ਨੇ, ਓਵਰ ਸਟੱਡੀ ਲਈ ਓਵਰਸੀਜ਼ ਜਾਂਦੇ ਨੇ, ਬਾਹਰ ਜਾਂਦੇ ਨੇ ਪੜ੍ਹਨ ਵਾਸਤੇ, ਉਹਨਾਂ ਕੋਲ ਕੰਮ ਦਾ ਵੀ ਪ੍ਰੈਸ਼ਰ ਹੈ, ਘਰ ਦੇ ਫੀਸਾਂ ਵੀ ਭੇਜਣੀਆਂ, ਘਰੇ ਪੈਸਾ ਵੀ ਭੇਜਣਾ, ਕਰਜ਼ਾ ਵੀ ਚੱਕਿਆ, ਸੋ ਕਿਤੇ ਨਾ ਕਿਤੇ ਉਹ ਮੈਂਟਲ ਪ੍ਰੈਸ਼ਰ ਕਰਕੇ ਔਰ ਡਾਈਟ ਨਾ ਸਹੀ ਹੋਣ ਕਰਕੇ ਵੀ ਜਿਹੜੀ ਯੂਟਰਸ ਫਾਈਬਰੋਇਡ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਬਿਲਕੁਲ ਜੀ, ਯੂਟਰਸ ਫਾਈਬਰੋਇਡ ਜਿਹੜੀ ਜੇਕਰ ਹੁੰਦੀ ਹੈ ਤਾਂ ਫਿਰ ਇਹ ਇੱਕ ਹਾਰਮੋਨਲ ਇੰਬੈਲੈਂਸਿੰਗ ਦਾ ਇੱਕ ਵੱਡਾ ਜਿਹੜਾ ਕਾਰਨ ਮੰਨਿਆ ਜਾਂਦਾ ਹੈ, ਕਿਉਂਕਿ ਹਾਰਮੋਨ ਇੰਬੈਲੈਂਸਿੰਗ ਹੋ ਗਈ ਤਾਂ ਉਹਦੇ ਨਾਲ ਐਸਟ੍ਰੋਜਨ ਤੇ ਟੈਸਟੋਸਟੀਰੋਨ ਜਿਹੜਾ ਅਪ ਐਂਡ ਡਾਊਨ ਹੋ ਗਿਆ ਤੇ ਉਹਦੇ ਕਰਕੇ ਹੀ ਜਿਹੜਾ ਜੇਕਰ ਆਪਾਂ ਦੇਖਿਆ ਜੇ ਹਾਰਮੋਨ ਇੰਬੈਲੈਂਸਿੰਗ ਹੋਈ ਤਾਂ ਫਿਰ ਬ੍ਰੇਨ ਤੇ ਵੀ ਅਸਰ ਪੈਂਦਾ, ਡਿਮੈਂਸ਼ੀਆ, ਜੀ ਜੀ ਡਿਪਰੈਸ਼ਨ, ਮਾਈਗ੍ਰੇਨ, ਇਹ ਸਾਰੀਆਂ ਪ੍ਰੋਬਲਮਾਂ। ਜੀ ਜੀ ਬਿਲਕੁਲ,
ਹਰ ਤੀਜੀ ਤੇ ਚੌਥੀ ਔਰਤ ਨੂੰ ਮਾਈਗ੍ਰੇਨ ਦੀ ਸਮੱਸਿਆ ਹੈ, ਚਾਹੇ ਉਹ ਪੇਨ ਕਿਲਰ ਲੈ ਰਹੀ ਹੈ ਜਾਂ ਨਹੀਂ ਲੈ ਰਹੀ, ਥੋੜ੍ਹੀ ਜਾਂ ਜ਼ਿਆਦਾ ਜ਼ਰੂਰ ਹੈ। ਦੂਸਰੇ ਨੰਬਰ 'ਤੇ ਪ੍ਰੋਬਲਮ ਜਿਵੇਂ ਜਿਹੜੀ ਆਮ ਕੋਮਨ ਨੂੰ 90% ਫੀਮੇਲਸ ਨੂੰ ਦੇਖਣ ਨੂੰ ਮਿਲਦੀ ਹੈ, ਉਹ ਸਰਵਾਈਕਲ ਦੀ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਜਦੋਂ ਘਰ 'ਚ ਬੈਠ ਕੇ ਖਾਣਾ ਖਾਂਦੇ ਸੀ ਅਤੇ ਚੁੱਲ੍ਹੇ ਦੇ ਉੱਤੇ ਬਹਿ ਕੇ ਰੋਟੀ ਬਣਦੀ ਸੀ, 90% ਜਿਹੜੀਆਂ ਭੈਣਾਂ ਬੀਬੀਆਂ ਮਾਤਾ ਹੁੰਦੀਆਂ ਸਾਡੀਆਂ, ਉਹ ਬੈਠ ਕੇ ਖਾਣਾ ਪਕਾਉਂਦੀਆਂ ਹੁੰਦੀਆਂ ਸੀ, ਚਕਲੇ ਤੇ ਰੋਟੀ ਵੇਲਦੀਆਂ ਸੀਗੀਆਂ। ਅੱਜ ਕੱਲ ਜਦੋਂ ਤੁਸੀਂ ਸਟੈਂਡਿੰਗ ਤੁਸੀਂ ਦੇਖਿਆ ਹੋਣਾ, ਸਲੈਬਸ ਬਣੀਆਂ, ਮਾਡਰਨ ਕਿਚਨ ਬਣ ਗਈਆਂ, ਤੇ ਉਸ ਕਰਕੇ ਜਿਹੜੀ ਉਹਨਾਂ ਦਾ ਸਾਰਾ ਦਿਨ ਜਿਹੜਾ ਧੌਣ ਚੁੱਕੀ ਰਹਿੰਦੀ ਹੈ, ਜਿਹਦੇ ਕਰਕੇ ਉਹ ਜਿਹੜਾ ਬੈਂਡ ਪ੍ਰੈਸ਼ਰ ਹੈ ਉਹ ਇੰਨਾ ਕੁ ਬਿਲਡ ਹੋ ਜਾਂਦਾ, ਜਿਹਦੇ ਕਰਕੇ ਉਹਨਾਂ ਦੇ ਜਿਹੜੀ ਬ੍ਰੇਨ ਨੂੰ ਜਾਣ ਵਾਲੀ ਸਪਲਾਈ ਹੈ ਬਲੱਡ ਦੀ, ਉਹ ਡਿਸਟਰਬ ਹੋ ਜਾਂਦੀ, ਜਿਹਦੇ ਕਰਕੇ ਮਾਈਗ੍ਰੇਨ ਤੇ ਸਰਵਾਈਕਲ, ਇਹ ਦੋ ਪ੍ਰੋਬਲਮ ਹਰ ਤੀਜੀ ਚੌਥੀ ਔਰਤ ਨੂੰ ਪ੍ਰੈਸ਼ਰ ਕਵਾਂ ਤੇ ਗਰਭਪਾਤ ਦਾ ਵੀ ਬਿਲਕੁਲ ਬੰਦਾ। ਉਸ ਤੋਂ ਬਾਅਦ ਸਰਵਾਈਕਲ ਤੋਂ ਬਾਅਦ ਸਲਿਪ ਡਿਸਕ ਦੀ ਗੱਲ ਆ ਗਈ, ਡਿਪਰੈਸ਼ਨ ਹੋ ਗਿਆ, ਡਿਪਰੈਸ਼ਨ ਆ ਗਿਆ, ਡਾਇਮੈਂਸ਼ੀਆ ਹੋ ਗਿਆ, ਨੀਂਦ ਨਾ ਆਉਣਾ, ਸੁਪਨੇ ਆਉਣਾ, ਰਾਤ ਨੂੰ ਡਰ ਕੇ ਉੱਠਣਾ, ਔਰ ਇਸੇ ਕਰਕੇ ਹੀ ਸਰੀਰ ਦੇ ਵਿੱਚ ਜਿਹੜੀ ਹੈ ਸੁਬਾਹ ਉੱਠਣ ਵੇਲੇ ਐਨਰਜੀ ਨਾ ਆਉਣਾ। ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ, ਪਹਿਲਾਂ ਹੁੰਦਾ ਸੀਗਾ ਕਿ ਸੁਬਾਹ 3 ਵਜੇ ਉੱਠ ਕੇ ਬੀਬੀਆਂ ਭੈਣਾਂ ਗੋਹਾ ਕੂੜਾ ਕਰਦੀਆਂ ਸੀ ਪਸ਼ੂਆਂ ਦਾ, ਉਸ ਤੋਂ ਬਾਅਦ ਬੱਚਿਆਂ ਦਾ ਖਾਣਾ ਪੀਣਾ ਬਣਾਉਣਾ, ਚਾਹ ਪਾਣੀ ਬਣਾਉਣਾ, ਫਿਰ ਖੇਤ ਰੋਟੀ ਵੀ ਲੈ ਕੇ ਜਾਣਾ, ਔਰ 8-9 ਵਜੇ ਤੱਕ ਔਰਤ ਸਾਰੇ ਕੰਮ ਕਰਕੇ ਵਿਹਲੀਆਂ ਰਹਿੰਦੀਆਂ ਸੀਗੀਆਂ। ਤੇ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਮੇਰੇ ਹਿਸਾਬ ਨਾਲ ਉੱਠਦੀ 9 ਵਜੇ ਹੈ, ਤੇ ਫਿਰ ਉਸ ਉੱਠਦੇ ਚਾਹ ਜਾਂ ਕੌਫੀ ਚਾਹੀਦਾ, ਤੇ ਤੁਸੀਂ ਦੇਖੋ ਫਿਰ ਉਹ ਕਿਵੇਂ ਉਸ ਜ਼ਿੰਦਗੀ ਨੂੰ ਬਤੀਤ ਕਰ ਸਕਦੇ ਆ। ਸੋ ਕਿਤੇ ਨਾ ਕਿਤੇ ਜਿਹੜਾ ਜੀਵਨ ਸ਼ੈਲੀ ਆ ਉਹ ਵੀ ਡਿਸਟਰਬ ਕਰ ਰਹੀ ਹੈ ਸਾਡੇ ਖਾਣ ਦੀ, ਲਥਾਰਜਿਕ ਬਾਡੀ ਹੋ ਜਾਂਦੀ ਹੈ, ਸਾਡੇ ਸਰੀਰ ਦੇ ਵਿੱਚ ਆਲਸ ਆ ਜਾਂਦਾ, ਜਿਹਦੇ ਕਰਕੇ ਸਰੀਰ ਦੇ ਵਿੱਚ ਸਾਡੀਆਂ ਡੇਲੀ ਦੇ ਜਿਹੜੀਆਂ ਕੰਮ ਹੈ ਉਹ ਅਸੀਂ ਕਰ ਨਹੀਂ ਪਾਉਂਦੇਗੇ, ਤੇ ਹੌਲੀ ਹੌਲੀ ਸਾਡਾ ਜਿਹੜਾ ਸੁਭਾਅ ਹੈ ਇਹਦਾ, ਜਿਵੇਂ ਆਪਾਂ ਗੱਲ ਕਰੀਏ ਲੇਡੀਜ਼ ਦੇ ਵਿੱਚ ਤੁਸੀਂ ਅੱਜ ਕੱਲ੍ਹ ਦੇਖਿਆ ਹੋਣਾ ਚਿੜਚਿੜਾਪਣ ਬਹੁਤ ਵਧਿਆ, ਔਰ ਇਹਦੇ ਕਰਕੇ ਹੀ ਜਦੋਂ ਬੰਦੇ ਦੀ ਸਹਿਣਸ਼ੀਲਤਾ ਖਤਮ ਹੋ ਜਾਂਦੀ ਹੈ ਤੇ ਡਾਈਵੋਰਸ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਨੇ, ਸੁਸਾਈਡ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਨੇ। ਕਿਤੇ ਨਾ ਕਿਤੇ ਮੈਂ ਕਹੂੰਗਾ ਇਹ ਸਾਰੀਆਂ ਚੀਜ਼ਾਂ ਪਿੱਛੇ ਇੱਕੋ ਚੀਜ਼ ਦਾ ਹੱਥ ਹੈ। ਬਿਲਕੁਲ ਜੀ, ਇੱਕੋ ਚੀਜ਼ ਦਾ ਹੱਥ ਹੈ, ਤੇ ਇਹੋ ਕਾਰਨ ਹੈ ਕਿ ਸਮਾਜਿਕ ਪਾੜੇ ਵੱਧ ਰਹੇ ਨੇ, ਕੋਰਟਾਂ ਦੇ ਵਿੱਚ ਕੇਸਾਂ ਦਾ ਵਾਧਾ ਹੋ ਰਿਹਾ, ਥਾਣਿਆਂ ਦੇ ਵਿੱਚ ਜਿਹੜੇ ਪੁਲਿਸ ਦੇ ਕੰਮ ਵੱਧ ਰਹੇ ਨੇ, ਪਰਿਵਾਰ ਟੁੱਟ ਰਹੇ ਨੇ, ਤਾਂ ਇੱਕ ਵੱਡੀ ਜਿਹੜੀ ਹੈ ਇਹਦੇ ਪਿੱਛੇ ਸਮੱਸਿਆ ਆਉਂਦੀ ਹੈ ਮੂਡ ਸਵਿੰਗਸ, ਤੇ ਉਹਦਾ ਕਾਰਨ ਉਹਦੇ ਪਿੱਛੇ ਜਿਹੜਾ ਉਹ ਗਰਭਪਾਤ ਜਾਂ ਜਣੇਪੇ 'ਚ ਜਾਪੇ ਦੇ ਵਿੱਚ ਹਵਾ ਲੱਗਣਾ ਇਹ ਮੰਨਿਆ ਜਾਂਦਾ ਹੈ। ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ 18 ਸਾਲ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਇਹ ਜਿੰਨੀਆਂ ਗੱਲਾਂ ਮੈਂ ਡਿਸਕਸ ਕੀਤੀਆਂ ਇਸ ਤੋਂ ਇਲਾਵਾ ਵੀ ਕੋਈ ਹੋਰ ਪ੍ਰੋਬਲਮ ਲੈ ਕੇ ਆ ਰਹੀ ਹੈ? ਜੀ ਬਿਲਕੁਲ, ਲੇਡੀਜ਼ ਦੇ ਵਿੱਚ ਅੱਜ ਕੱਲ੍ਹ ਜਿਹੜੀ ਕਾਮਨ ਪ੍ਰੋਬਲਮ ਹੈਗੀ ਹੈ ਜੀ, ਉਹ ਹਰ ਲੇਡੀਜ਼ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ, ਔਰ ਉਹਦਾ ਇੱਕ ਵੱਡਾ ਕਾਰਨ ਹੈ ਕਿ ਸਾਰੇ ਦਿਨ ਦੀ ਦੌੜ ਭੱਜ ਤੋਂ ਬਾਅਦ ਰਾਤ ਨੂੰ ਸਰੀਰ ਨੂੰ ਥਕਾਵਟ ਹੀ ਇੰਨੀ ਹੋ ਜਾਂਦੀ ਹੈ ਫਿਜ਼ੀਕਲੀ ਤੇ ਮੈਂਟਲੀ। ਜੇ ਮੈਂ ਗੱਲ ਕਹਾਂ, ਮੈਂਟਲ ਪੀਸ ਤਾਂ ਖਤਮ ਹੀ ਹੋ ਚੁੱਕੀ ਹੈ, ਕਿਸੇ ਇਨਸਾਨ ਨੂੰ ਤੁਸੀਂ ਪੁੱਛ ਲਓ, ਹਰ ਇਨਸਾਨ ਦਾ ਇੱਕੋ ਸ਼ਬਦ ਦੇ ਨਾਲ ਉਹ ਗੱਲ ਖਤਮ ਕਰੇਗਾ, ਮੈਂ ਬਹੁਤ ਪਰੇਸ਼ਾਨ। ਜੋ ਆਪਣੀਆਂ ਇੱਛਾਵਾਂ ਅਸੀਂ ਵਧਾ ਲਈਆਂ, ਸਾਡਾ ਵਰਕਿੰਗ ਜਿਹੜੇ ਆਵਰ ਨੇ ਉਹ ਘੱਟ ਗਏ ਨੇ, ਸਾਡੀਆਂ ਜਿਹੜੀਆਂ ਲੋੜਾਂ ਨੇ ਅਸੀਂ ਵਧਾ ਲਈਆਂ, ਸਰੀਰ ਨੂੰ ਸੋਹਲ ਜ਼ਿਆਦਾ ਬਣਾ ਲਿਆ, ਉਹਦੇ ਨਾਲ ਕਿਤੇ ਨਾ ਕਿਤੇ ਸਾਡੀ ਜਿਹੜੀ ਹੈ ਮੈਂਟਲ ਹੈਲਥ ਦੇ ਉੱਤੇ ਬੜਾ ਵੱਡਾ ਫਰਕ ਪੈ ਰਿਹਾ। 90% 95% ਦੀ ਔਰਤਾਂ ਨੂੰ ਨੀਂਦ ਦੀ ਸਮੱਸਿਆ ਹੈ, ਔਰ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਜਿਹੜਾ ਉਹਨਾਂ ਦੇ ਦਿਨ ਦੀ ਸ਼ੁਰੂਆਤ ਹੈ, ਦਿਨ ਦੀ ਸ਼ੁਰੂਆਤ ਤਾਂ ਅੱਛੀ ਹੋਏਗੀ ਜੇ ਰਾਤ ਨੂੰ ਤੁਸੀਂ ਟਾਈਮ ਨਾਲ ਸੌਵੋਗੇ, ਗੱਲ ਫਿਰ ਉੱਥੇ ਆ ਕੇ ਰੁਕਦੀ ਹੈ। ਸੋ ਉਹਦੇ ਪਿੱਛੇ ਬੜੇ ਵੱਡੇ ਕਾਰਨ ਹੈ, ਗਰਭਪਾਤ ਵੀ ਇੱਕ ਕਾਰਨ ਹੈ ਜਿਹਦੇ ਕਰਕੇ ਲੋਕਾਂ ਨੂੰ ਰਾਤ ਨੂੰ ਨੀਂਦ ਦੀ ਸਮੱਸਿਆ ਵੀ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਤੇ ਜਿਹੜਾ ਗਰਭਪਾਤ ਦੇ ਕਾਰਨ ਜਿਹੜਾ ਹੈਗਾ, ਇਸ ਤੋਂ ਇਲਾਵਾ ਬਾਡੀ ਦੇ ਅੰਦਰ ਹੱਡੀਆਂ ਦੇ ਉੱਤੇ, ਮਸਲਸ ਦੇ ਉੱਤੇ, ਜਿਵੇਂ ਜਿਹੜਾ ਇਹਨੂੰ ਫਾਈਬਰੋਮੈਲਜੀਆ ਕਹਿੰਦੇ ਆ, ਕ੍ਰੋਨਿਕ ਫਟੀਗ ਸਿੰਡਰੋਮ ਕਹਿੰਦੇ ਆ, ਇਹਦੇ ਉੱਤੇ ਵੀ ਕੋਈ ਅਸਰ ਪੈਂਦਾ?
ਜੀ ਬਿਲਕੁਲ, ਤੁਸੀਂ ਫਟੀਕ ਦੀ ਗੱਲ ਕੀਤੀ ਹੈ ਕੁਲਵੰਤ ਜੀ, ਥਕਾਵਟ ਰਹਿੰਦੀ ਪੂਰੀ ਜੀ। ਦੇਖੋ ਜਦੋਂ ਸਾਡੇ ਸਰੀਰ ਦੇ ਵਿੱਚ ਬਾਡੀ ਦੇ ਵਿੱਚ ਬਲੱਡ ਦਾ ਫਲੋ ਪ੍ਰੋਪਰ ਨਹੀਂ ਹੋਏਗਾ, ਤੁਸੀਂ ਆਮ ਤੌਰ 'ਤੇ ਪੁਰਾਣੇ ਜਿਹੜੇ ਲੋਕ ਸਕੂਟਰ ਚਲਾਉਂਦੇ ਹੁੰਦੇ ਸੀ ਉਹਦੇ ਵਿੱਚ ਇੱਕ ਪੁਰਜਾ ਹੁੰਦਾ ਸੀ, ਉਹਦੇ 'ਚ ਜਾ ਕੇ ਮਿਕਸਚਰ ਕਹਿੰਦੇ ਸੀ ਉਹਨੂੰ, ਅਤੇ ਮਿਸਤਰੀ ਨੂੰ ਕਹਿੰਦੇ ਸੀ ਸਕੂਟਰ ਐਵਰੇਜ ਘੱਟ ਦੇ ਰਿਹਾ, ਤੇ ਇੱਕ ਪੇਜ ਹੁੰਦਾ ਸੀ, ਹੁਣ ਥੋੜ੍ਹਾ ਜਿਹਾ ਟਾਈਮ ਕਰਦੇ ਸੀ, ਉਹਦੇ ਨਾਲ ਕੀ ਹੁੰਦਾ ਸੀ ਉਹ ਜਿਹੜਾ ਮਿਕਸਚਰ ਹੁੰਦਾ ਸੀਗਾ ਉਹਦੇ ਵਿੱਚ, ਉਹ ਜੈੱਟ ਦੇ ਵਿੱਚ ਜਿਹੜਾ ਜਿੱਥੇ ਪਿਸਟਨ ਚੱਲਦੇ ਆ ਉੱਥੇ ਦੋ ਚੀਜ਼ਾਂ ਜਾ ਰਹੀਆਂ, ਇੱਕ ਹਵਾ ਅਤੇ ਦੂਸਰਾ ਪੈਟਰੋਲ, ਜੇ ਉਹ ਟਾਈਟ ਕਰ ਦਿੰਦਾ ਏਅਰ ਵਾਲਾ ਪੇਜ ਅਤੇ ਹਵਾ ਘੱਟ ਜਾਂਦੀ ਹੈ, ਪੈਟਰੋਲ ਵੱਧ ਜਾਂਦੀ ਨਾ, ਐਵਰੇਜ ਵੱਧ ਜਾਂਦੀ ਹੈ ਅਤੇ ਉਹ ਪਿਕਅਪ ਵੱਧ ਜਾਂਦੀ ਹੈ, ਸੋਰੀ ਪਿਕਅਪ ਵੱਧ ਜਾਂਦੀ ਹੈ ਜੇ ਪੈਟਰੋਲ ਜਾ ਜਾਂਦਾ। ਜਦੋਂ ਅਸੀਂ ਪੈਟਰੋਲ ਘਟਾ ਦਿੰਦੇ ਹਾਂ ਅਤੇ ਹਵਾ ਵਧਾ ਦਿੰਦੇ ਹਾਂ ਅਤੇ ਉਹਦੇ ਵਿੱਚ ਜਿਹੜੀ ਹੈ ਪਿਕਅਪ ਜਿਹੜੀ ਹੈ ਬਿਲਕੁਲ ਖਤਮ ਹੋ ਜਾਂਦੀ ਹੈ, ਸਕੂਟਰ ਹੌਲੀ ਹੌਲੀ ਰੇਂਗ ਰੇਂਗ ਕੇ ਤੁਰਦਾ ਪਰ ਉਹ ਕਾਫ਼ੀ ਲੰਬਾ ਸਮਾਂ ਚੱਲ ਜਾਂਦਾ। ਸੋ ਜਿਹੜੇ ਗਰਭਪਾਤ ਦੇ ਪੇਸ਼ੈਂਟ ਆ ਉਹਨਾਂ ਦੇ ਵਿੱਚ ਵੀ ਜਿਹੜੀ ਹਵਾ ਹੈ ਉਹ ਵੱਧ ਜਾਂਦੀ ਹੈ, ਬਲੱਡ ਦੇ ਵਿੱਚ ਜਦੋਂ ਖੂਨ ਦੇ ਵਿੱਚ ਹਵਾ ਦੀ ਕਮੀ, ਹਵਾ ਦੀ ਜਿਹੜੀ ਬਹੁਤਾਤ ਹੈ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੇ ਬਲੱਡ ਦੇ ਵਿੱਚ ਜਿਹੜੇ ਨਿਊਟ੍ਰੀਸ਼ਨ ਬੋਡੀ ਨੂੰ ਚਾਹੀਦੇ ਆ ਉਹ ਪ੍ਰੋਪਰ ਨਹੀਂ ਪਹੁੰਚ ਪਾਉਂਦੇ, ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ, ਸਾਡੇ ਬੋਡੀ ਦੇ ਜਿਹੜੇ ਔਰਗਨ ਨੇ ਉਹ ਵੀਕ ਆਉਣੇ ਸ਼ੁਰੂ ਹੋ ਜਾਂਦੇ ਆ। ਇਸ ਤੋਂ ਇਲਾਵਾ ਜਿਹੜੀ ਬੋਡੀ ਦੇ ਵਿੱਚ ਆਕਸੀਜਨ ਦੀ ਘਾਟ ਹੈ ਉਹ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਸਾਰਾ ਦਿਨ ਅਸੀਂ ਥੱਕੇ ਥੱਕੇ ਮਹਿਸੂਸ ਕਰਦੇ ਹਾਂ। ਤੇ ਜਿਹੜਾ ਆਪਣਾ ਫਾਈਬਰੋਮੈਲਜੀਆ ਜਿਹੜਾ ਆਪਾਂ ਕਹਿ ਸਕਦੇ ਹੈਗੇ ਵੀ ਇੱਥੋਂ ਦੁੱਖ ਰਿਹਾ ਉੱਥੋਂ ਦੁੱਖ ਰਿਹਾ ਸਰੀਰ, ਜਿਹੜੀ ਮਸਲ ਪੇਨ ਉਹ ਇਸੇ ਕਰਕੇ ਹੁੰਦੀ ਹੈ ਜੀ, ਕਿਉਂਕਿ ਬੋਡੀ ਦੇ ਹਰ ਸੈੱਲ ਤੱਕ, ਜਿਹੜੀ ਸਾਡੀ ਬੋਡੀ ਦਾ ਸਭ ਤੋਂ ਵੱਡਾ ਔਰਗਨ ਹੈ ਉਹ ਸਕਿਨ ਹੈ, ਸਕਿਨ ਦੇ ਨੀਚੇ ਮਸਲ ਨੇ, ਮਸਲ ਦੇ ਨੀਚੇ ਸਾਡੇ ਫੈਟ ਹੈ, ਉਹ ਸਾਰੇ ਤੱਕ ਜਦੋਂ ਨਿਊਟ੍ਰੀਸ਼ਨ ਨਹੀਂ ਪਹੁੰਚਦਾ ਗਾ ਤੇ ਉਹ ਕਿਤੇ ਨਾ ਕਿਤੇ ਜਦੋਂ ਅਸੀਂ ਹਿੱਲਦੇ ਹਾਂ ਤੇ ਉਹ ਬਲੱਡ ਫਲੋ ਕਰਦਾ ਹੈ, ਜਾਂ ਅਸੀਂ ਕੋਈ ਕਸਰਤ ਕਰਦੇ ਹਾਂ ਜਾਂ ਕੰਮ ਕਰਦੇ ਹਾਂ, ਜਦੋਂ ਬਲੱਡ ਦਾ ਫਲੋ ਥੋੜ੍ਹਾ ਜਿਹਾ ਚੱਲਦਾ ਜਿਹੜੀਆਂ ਜੰਮਿਆ ਹੋਇਆ ਖੂਨ ਜਦੋਂ ਗਾਂਹ ਤੁਰਦਾ ਤੇ ਉਹ ਮਸਲ ਦੇ ਵਿੱਚ ਪੇਨ ਪੈਦਾ ਕਰਦਾ। ਸੋ ਬਰੀਕ ਬਰੀਕ ਨਾੜਾਂ ਜਿਹਨਾਂ ਨੂੰ ਕੈਪਰੀ ਵੇਨਸ ਕਿਹਾ ਜਾਂਦਾ ਉਹਦੇ ਵਿੱਚ ਜਦੋਂ ਹਵਾ ਆ ਕੇ ਜਾਮ ਕਰ ਦਿੰਦੀ ਹੈ, ਤੁਸੀਂ ਸੁਣਿਆ ਹੋਣਾ ਕੁਲਵੰਤ ਜੀ, ਅੱਜ ਕੱਲ੍ਹ ਅਕਸਰ ਹੀ ਲੋਕਾਂ ਨੂੰ ਸੁਣਿਆ ਗਿਆ ਕਿ ਸਾਡੇ ਜੋੜਾਂ ਦੇ ਵਿੱਚੋਂ ਕੜਕੜ ਦੀ ਆਵਾਜ਼ ਆਉਂਦੀ ਹੈ, ਸੋ ਉਹ ਵੀ ਕਿਤੇ ਨਾ ਕਿਤੇ ਗਰਭਪਾਤ ਸਾਡੇ ਕਾਰਨ ਬਣਦਾ ਹੈ। ਫੀਮੇਲ ਦੇ ਵਿੱਚ ਜਿਹੜਾ ਮੇਜਰ ਇਸ਼ੂ ਹੈ ਜੁਆਇੰਟ ਪੇਨ ਨੂੰ ਲੈ ਕੇ, ਆਰਥਰਾਈਟਿਸ ਨੂੰ ਲੈ ਕੇ, ਰੂਮੈਟਿਕ ਆਰਥਰਾਈਟਿਸ ਨੂੰ ਲੈ ਕੇ, ਸਰਵਾਈਕਲ ਨੂੰ ਲੈ ਕੇ, ਉਹ ਕਾਮਨਲੀ ਗਰਭਪਾਤ ਹੈ। ਲਾਸਟ ਸਵਾਲ, ਕਿਸੇ ਨੂੰ ਗਰਭਪਾਤ ਹੈ ਕੀ ਲੱਛਣ ਹੋਣਗੇ? ਹਾਂਜੀ, ਸਭ ਤੋਂ ਪਹਿਲੀ ਚੀਜ਼ ਤਾਂ ਜਦੋਂ ਤੁਸੀਂ ਟੈਸਟ ਕਰਾਓਗੇ, ਬੜੇ ਵਾਰ ਟੈਸਟਾਂ ਦੇ ਵਿੱਚ ਲੋਕ ਗਠੀਏਵਾ ਦਾ, ਯੂਰਿਕ ਐਸਿਡ ਦਾ ਜਾਂ CRP ਦਾ ਟੈਸਟ ਕਰਾਉਂਦੇ, ਉਹਦੇ ਵਿੱਚ ਬਹੁਤ ਸਾਰਿਆਂ ਲੋਕਾਂ ਦੇ ਵਧੇ ਵੀ ਆਉਂਦੇ ਅਤੇ ਕਈਆਂ ਦੇ ਨਹੀਂ ਵੀ ਆਉਂਦੇ ਗੇ, ਉਹਦੇ ਵਿੱਚ ਲੋਕ ਪਰੇਸ਼ਾਨ ਹੋ ਜਾਂਦੇ ਆ, ਡਾਕਟਰ ਵੀ ਜਿਹੜੇ ਜਿਹਨਾਂ ਨੂੰ ਗਰਭਪਾਤ ਬਾਰੇ ਨਹੀਂ ਗਿਆਨ ਹੈਗਾ ਅਤੇ ਉਹ ਭੰਬਲ ਭੂਸੇ ਪੈ ਜਾਂਦੇ ਕਿ ਇਹਨਾਂ ਦਾ ਕਰੀਏ ਕੀ, ਉਹ ਫਿਰ ਉਹਨਾਂ ਨੂੰ ਨਿਊਟ੍ਰੀਸ਼ਨ ਦੇਣਾ ਸ਼ੁਰੂ ਕਰ ਦਿੰਦੇ, ਮਲਟੀ ਵਿਟਾਮਿਨ ਦੇਣਾ ਸ਼ੁਰੂ ਕਰ ਦਿੰਦੇ, ਪਰ ਉਹਨਾਂ ਫਰਕ ਨਹੀਂ ਪੈਂਦਾ ਹੈਗਾ। ਜਦੋਂ ਤੁਸੀਂ ਕੋਈ ਵੀ ਬੋਡੀ ਦੇ ਵਿੱਚ, ਖਾਸ ਤੌਰ 'ਤੇ ਫੀਮੇਲਸ ਦੀ ਆਪਾਂ ਗੱਲ ਕਰ ਰਹੇ ਹਾਂ, ਬੋਡੀ ਵਿੱਚ ਪੇਨ, ਬੋਡੀ ਨੂੰ ਲਥਾਰਜਿਕ ਫੀਲ ਕਰਦੇ ਹੋ ਅਤੇ ਇਹ ਇਹਦਾ ਜਿਹੜਾ ਤੁਸੀਂ ਇਹਦੀ ਜੜ ਦੇਖੋਗੇ, ਜੇ ਤੁਹਾਡੇ ਬੱਚਾ ਹੋਇਆ, ਡਿਲੀਵਰੀ ਹੋਈ ਹੈ, ਉਸ ਤੋਂ ਕੁਛ ਸਾਲਾਂ ਬਾਅਦ ਜਾਂ ਕੁਛ ਮਹੀਨਿਆਂ ਬਾਅਦ ਤੁਹਾਡੀ ਬੋਡੀ 'ਚ ਇਹ ਸਿੰਪਟਮ ਕ੍ਰੀਏਟ ਹੋਏ ਨੇ ਅਤੇ ਉਹ ਗਰਭਪਾਤ ਹੈ। ਜਿਵੇਂ ਅੱਜ ਮੇਰੇ ਕੋਲ ਇੱਕ ਭੈਣ ਜੀ ਦਾ ਫੋਨ ਆਇਆ ਅਤੇ ਉਹ ਦੱਸ ਰਹੇ ਸੀ, ਕਹਿੰਦੇ ਜੀ ਕਿ ਮੈਨੂੰ 12 ਸਾਲਾਂ ਤੋਂ ਗਠੀਆਵਾ ਹੈ ਅਤੇ ਇਸ ਤਰ੍ਹਾਂ ਵੀ ਮੈਂ ਬਹੁਤ ਪਰੇਸ਼ਾਨ ਹਾਂ, ਮੈਨੂੰ ਬਹੁਤ ਟ੍ਰੀਟਮੈਂਟ ਕਰਾਇਆ, ਮੈਨੂੰ ਫਰਕ ਨਹੀਂ ਪਿਆ। ਮੇਰਾ ਇੱਕੋ ਕੁਐਸਚਨ ਸੀ ਜੀ, ਭੈਣ ਜੀ ਤੁਹਾਡੇ ਕਿੰਨੇ ਬੱਚੇ? ਕਹਿੰਦੇ ਜੀ 2 ਬੱਚੇ ਹੈ। ਅਤੇ ਮੈਂ ਕਿਹਾ ਜੀ ਮੈਨੂੰ ਇਹ ਦੱਸੋ ਵੀ ਤੁਹਾਡੀ ਦੋਵੇਂ ਡਿਲੀਵਰੀਆਂ ਵਿੱਚ ਤੁਸੀਂ ਠੰਡੇ ਪਾਣੀ ਦਾ ਇਸਤੇਮਾਲ ਕਦੋਂ ਕੀਤਾ ਜਾਂ ਠੰਡ 'ਚ ਤੁਸੀਂ ਕਿਵੇਂ ਰਹੇ ਹੋ? ਅਤੇ ਉਹਨਾਂ ਦਾ ਸਿੱਧਾ ਜਵਾਬ ਸੀ ਕਿ ਜੀ ਹਾਂ, ਦਸੰਬਰ 'ਚ ਮੇਰੀ ਡਿਲੀਵਰੀ ਹੋਈ ਸੀ ਅਤੇ ਉਦੋਂ ਮੈਨੂੰ ਠੰਡ ਲੱਗੀ ਸੀ। ਅਤੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ, ਜਨਵਰੀ ਆਉਂਦੇ ਆਉਂਦੇ ਤੱਕ ਮੇਰੀ ਬੋਡੀ 'ਚ ਪੇਨ ਸ਼ੁਰੂ ਹੋ ਗਈਆਂ ਅਤੇ ਉਸ ਤੋਂ ਬਾਅਦ ਮੈਂ ਕਦੀ ਪੇਨ ਕਿਲਰ ਖਾਧੇ ਬਿਨਾਂ ਜ਼ਿੰਦਗੀ ਨਹੀਂ ਜੀ ਸਕੀ, ਆਪਦੀ ਇੱਕ ਦਿਨ ਨਹੀਂ ਕੱਟ ਸਕੀ। ਸੋ ਜੇ ਤੁਹਾਨੂੰ
ਜਿਹੜੀਆਂ ਪ੍ਰੋਬਲਮਸ ਅੱਜ ਫੇਸ ਕਰ ਰਹੇ ਹੋ, ਗਠੀਆ ਵਾਹ ਹੈਗੀ ਹੈ ਤੁਹਾਨੂੰ, ਸਰਵਾਈਕਲ ਹੈ ਜਾਂ ਜੋ ਵੀ ਵਾਤ ਸੰਬੰਧੀ ਰੋਗ ਨੇ, ਜੇ ਉਹ ਤੁਹਾਨੂੰ ਡਿਲੀਵਰੀ ਤੋਂ ਬਾਅਦ ਪੈਦਾ ਹੋਏ ਨੇ, ਜਿਹਦੀ ਬੋਡੀ ਸਟਰੋਂਗ ਹੈ ਉਹਨੂੰ 10 ਸਾਲ ਬਾਅਦ ਵੀ ਸਿਮਟਮ ਕ੍ਰੀਏਟ ਹੋ ਸਕਦੇ ਆ ਡਿਲੀਵਰੀ ਤੋਂ, ਜਿਹਦੀ ਬੋਡੀ ਵੀਕ ਹੈ ਉਹਨੂੰ ਮਹੀਨੇ ਬਾਅਦ ਵੀ ਕ੍ਰੀਏਟ ਹੋ ਸਕਦੇ ਆ। ਮੇਰੇ ਕੋਲ ਇੱਕ ਪੁਰਾਣਾ ਪੇਸ਼ੈਂਟ ਆਇਆ ਸੀਗਾ, ਕੋਈ ਬਹੁਤ ਅੱਛੇ ਅਹੁਦੇ 'ਤੇ ਸੀ ਭੈਣ ਜੀ ਉਹ, ਅਤੇ ਬਿਊਰੋਕ੍ਰੇਟ ਸੀਗੇ, IAS ਅਫਸਰ ਸੀਗੇ ਉਹ, ਅਤੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਸੀਗੇ, ਅਤੇ ਜਦੋਂ ਉਹਨਾਂ ਦੀ ਡਿਲੀਵਰੀ ਹੋਈ ਹੈ ਉਹ ਦੱਸ ਰਹੇ ਸੀ ਕਿ ਸਾਡੇ ਜਦੋਂ ਡਿਲੀਵਰੀ ਦੇ ਟਾਈਮ 'ਚ ਮੈਨੂੰ ਬਰਫ਼ ਘਰ 'ਚੋਂ ਬਾਹਰ ਕੱਢਣੀ ਪੈਂਦੀ ਸੀਗੀ, ਸੋ ਉਹਦੇ ਨਾਲ ਕਿਤੇ ਨਾ ਕਿਤੇ ਸਰੀਰ ਦੇ ਵਿੱਚ ਉਹਨਾਂ ਦੀ ਹਵਾ ਚਲੀ ਗਈ ਅਤੇ ਉਹ ਗਰਭਵਾਦ ਦੇ ਸ਼ਿਕਾਰ ਹੋ ਗਏ। ਪਰ ਉਹਨਾਂ ਨੂੰ ਜਿਹੜੀ ਪ੍ਰੋਬਲਮ ਹੈ 20 ਸਾਲਾਂ ਬਾਅਦ 22 ਸਾਲਾਂ ਬਾਅਦ ਜਾ ਕੇ ਕ੍ਰੀਏਟ ਹੋਈ, ਔਰ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ, ਕਹਿੰਦੇ ਜੀ ਮਾਡਰਨ ਸਾਇੰਸ ਤਾਂ ਇਹ ਕੋਈ ਹੁੰਦੀ ਨਹੀਂ ਗੀ। ਫਿਰ ਜਦੋਂ ਉਹਨਾਂ ਨੂੰ ਦੁਬਾਰਾ ਅਸੀਂ ਟ੍ਰੀਟਮੈਂਟ ਕੀਤਾ ਅਤੇ ਮੈਂ ਕਿਹਾ ਜੀ ਤੁਹਾਨੂੰ ਸੇਮ ਉਸੇ ਤਰ੍ਹਾਂ ਦੀਆਂ ਪੇਨਸ, ਤੁਹਾਡੇ ਮਸਲ ਉਸੇ ਤਰ੍ਹਾਂ ਨਰਮ ਦੁਬਾਰਾ ਹੋ ਜਾਣਗੇ ਜਿਵੇਂ ਡਿਲੀਵਰੀ ਵਾਲੇ ਪੇਸ਼ੈਂਟ ਦੇ ਹੁੰਦੇ ਆ, ਅਤੇ ਤੁਸੀਂ ਉਹ ਚੀਜ਼ਾਂ ਸਾਰੀਆਂ ਫੇਸ ਕਰੋਗੇ, ਦੁਬਾਰਾ ਤੁਹਾਡੇ ਸਰੀਰ ਨੂੰ ਅਸੀਂ ਕੱਚਾ ਕਰਾਂਗੇ, ਦੁਬਾਰਾ ਫਿਰ ਉਸ ਤਰ੍ਹਾਂ ਉਸ ਸਿਚੁਏਸ਼ਨ 'ਚ ਲਿਜਾ ਕੇ ਬੋਡੀ ਨੂੰ ਡੀਟੋਕਸ ਕੀਤਾ ਜਾਊਗਾ, ਅਤੇ ਮਾਲਕ ਦੀ ਕਿਰਪਾ ਨਾਲ 3 ਮਹੀਨੇ ਦੇ ਵਿੱਚ ਉਹ ਬਿਲਕੁਲ ਠੀਕ ਹੋ ਗਏ ਸੀ ਜੀ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਤੁਸੀਂ ਇੱਕ ਵਾਰ ਫੇਰ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਗਰਭਵਾਤ ਬਾਰੇ, ਜਣੇਪੇ 'ਚ ਜਾਪੇ 'ਚ ਹਵਾ ਲੱਗਣੀ, ਡਿਲੀਵਰੀ ਬਾਰੇ ਹਵਾ ਲੱਗਣੀ, ਇਹ ਸ਼ਾਇਦ ਹਰ ਕੋਈ ਨਾ ਮੰਨਦਾ ਹੋਵੇ, ਪਰ ਅੱਜ ਜਿੱਦਾਂ ਦੀ ਆਪਾਂ ਡਿਟੇਲ ਦਿੱਤੀ ਹੈ ਮੈਨੂੰ ਲੱਗਦਾ ਹਰੇਕ ਬੰਦਾ ਸਾਹਮਣੇ ਬੈਠੇ ਲੇਡੀਜ਼ ਭੈਣ ਬੱਚੀ ਉਹ ਸੋਚਣ 'ਤੇ ਮਜਬੂਰ ਹੋਏਗੀ ਕਿ ਕਿਤੇ ਮੇਰੇ ਨਾਲ ਤਾਂ ਨਹੀਂ ਆਇਆ ਹੋਇਆ। ਜੇਕਰ ਤੁਹਾਡੇ 'ਚ ਵੀ ਉਹ ਸਿਮਟਮ ਨਜ਼ਰ ਆ ਰਹੇ ਨੇ ਜਿਹੜੇ ਕਿ ਡਾਕਟਰ ਸਾਹਿਬ ਨੇ ਦੱਸੇ ਨੇ, ਤਾਂ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਡਾਕਟਰ ਸਾਹਿਬ ਆਪਣਾ ਸੰਪਰਕ ਨੰਬਰ ਅਤੇ ਕਿਹੜੇ ਦਿਨ ਕਿੱਥੇ ਮਿਲਦੇ ਉਹ ਥੋੜ੍ਹਾ ਡਿਟੇਲ ਦੇਣਾ। ਕਲੋਨ ਜੀ ਪੰਜਾਬ ਦੇ ਵਿੱਚ ਆਪਣੇ 3 ਸੈਂਟਰ ਨੇ ਕੁੱਲ, ਪਹਿਲਾਂ ਮਲੋਟ ਦੇ ਵਿੱਚ ਹੈ, ਸੋਮਵਾਰ ਮੰਗਲਵਾਰ ਅਤੇ ਬੁੱਧਵਾਰ 3 ਦਿਨ ਮੈਂ ਮਲੋਟ ਬੈਠਦਾ, ਵੀਰਵਾਰ ਪੰਜਾਬੀ ਯੂਨੀਵਰਸਿਟੀ ਸਾਹਮਣੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੈਠਦਾ ਮੈਂ, ਅਤੇ ਸ਼ੁੱਕਰਵਾਰ ਅਤੇ ਸ਼ਨੀਵਾਰ ਮੋਹਾਲੀ ਸੈਕਟਰ 70 ਵਿਖੇ ਮੈਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੈਠਦਾ। ਮੇਰੇ 2 ਕੰਟੈਕਟ ਨੰਬਰ ਨੇ, ਪਹਿਲਾ ਨੰਬਰ ਹੈ 98141-76-271, 9814176221, ਦੂਸਰਾ ਨੰਬਰ ਹੈ 9111-555-0, 9111-955-0911। ਇੱਕ ਖਾਸ ਨੋਟ ਮੈਂ ਇੱਥੇ ਦੱਸਣਾ ਚਾਹਾਂਗਾ, ਖਾਸ ਤੌਰ 'ਤੇ ਭੈਣਾਂ ਲਈ ਜਿਹੜੀਆਂ ਬੱਚੀਆਂ ਆਉਣ ਵਾਲੇ ਸਮੇਂ ਦੇ ਵਿੱਚ ਡਿਲੀਵਰੀ ਦੇ ਨੇੜੇ ਨੇ ਜਾਂ ਪ੍ਰੈਗਨੈਂਟ ਨੇ ਜਾਂ ਪ੍ਰੈਗਨੈਂਸੀ ਕੰਸੀਵ ਕਰਨ ਬਾਰੇ ਸੋਚ ਰਹੀਆਂ ਨੇ, ਉਹ 2 ਚੀਜ਼ਾਂ ਦਾ ਖਾਸ ਧਿਆਨ ਰੱਖਣ। ਪਹਿਲਾਂ ਤਾਂ ਡਿਲੀਵਰੀ ਵੇਲੇ ਇਹ ਚੀਜ਼ ਨੂੰ ਨਿਸ਼ਚਿਤ ਕਰ ਲੈਣ ਕਿ ਉਹਨਾਂ ਦੀ ਬੋਡੀ ਜਿਹੜੀ ਆ ਉਹ ਕਿਤੇ ਨਾ ਕਿਤੇ ਠੰਡੇ ਪਾਣੀ ਦੇ ਜਾਂ ਠੰਡੇ ਇਨਵਾਇਰਮੈਂਟ ਦੇ ਸੰਪਰਕ 'ਚ ਨਾ ਆਵੇ। ਦੂਸਰੀ ਚੀਜ਼, ਜੇ ਤੁਸੀਂ ਪ੍ਰੈਗਨੈਂਸੀ ਕੰਸੀਵ ਕਰਨ ਲਈ ਸੋਚ ਰਹੇ ਹੋ ਤਾਂ ਤੁਹਾਨੂੰ ਜਿਹੜਾ ਆਇਰਨ ਅਤੇ ਕੈਲਸ਼ੀਅਮ ਹੈ ਉਹ ਸਿੰਥੈਟਿਕ ਦੀ ਬਜਾਏ ਤੁਹਾਨੂੰ ਨੈਚੁਰਲ ਲੈਣ ਦੇ ਵਿੱਚ ਜ਼ਿਆਦਾ ਫਾਇਦਾ ਹੈ, ਅਤੇ ਕੈਲਸ਼ੀਅਮ ਤੁਸੀਂ ਬੋਡੀ 'ਚ ਲੈ ਕੇ ਜਾਂਦੇ ਹੋ ਅਤੇ ਤੁਹਾਡੇ ਬੱਚੇ ਨੂੰ ਆਉਣ ਵਾਲੇ ਬੱਚੇ ਨੂੰ ਉਹ ਤੰਦਰੁਸਤ ਵੀ ਹੋਏਗਾ ਅਤੇ ਉਹਨੂੰ ਪੀਲੀਆ ਨਹੀਂ ਹੋਏਗਾ। ਪਿਛਲੇ ਕਈ ਸਾਲਾਂ ਤੋਂ ਮੈਂ ਇਹ ਜਿਹੜੀ ਐਕਸਰਸਾਈਜ਼ ਕਰ ਰਿਹਾ ਜਿਹਦੇ ਕਰਕੇ ਮੇਰੀਆਂ ਹਜ਼ਾਰਾਂ ਭੈਣਾਂ ਅਤੇ ਉਹਨਾਂ ਦੇ ਬੱਚੇ ਜਿਹੜੇ ਆ ਬਿਨਾਂ ਪੀਲੀਏ ਦੇ ਤੰਦਰੁਸਤ ਪੈਦਾ ਹੋ ਰਹੇ ਨੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਮਿਹਰਬਾਨੀ ਜੀ। ਡਾਕਟਰ ਹਰਨਾਮ ਸਿੰਘ ਜੀ ਤੋਂ ਆਪਾਂ ਨੇ ਜਾਣਿਆ ਗਰਭਵਾਤ ਬਾਰੇ, ਜਣੇਪੇ 'ਚ ਲੱਗੀ ਹਵਾ ਬਾਰੇ, ਡਿਲੀਵਰੀ ਵੇਲੇ ਲੱਗੀ ਹਵਾ ਬਾਰੇ, ਅਤੇ ਜਾਪੇ 'ਚ ਜਿਹਨੂੰ ਕਹਿ ਸਕਦੇ ਹਾਂ ਆਪਾਂ ਲੱਗੀ ਹਵਾ ਬਾਰੇ। ਹਵਾ ਜਿਹਦੇ ਉੱਤੇ ਕੋਈ ਇਤਬਾਰ ਨਹੀਂ ਕਰਦਾ, ਪਰ ਜਦੋਂ ਸਾਰੇ ਪਾਸੋਂ ਹਾਰ ਕੇ ਡਾਕਟਰ ਹਰਨਾਮ ਸਿੰਘ ਜੀ ਵਰਗੇ ਐਕਸਪਰਟ ਕੋਲ ਆਉਂਦਾ ਅਤੇ ਜਦੋਂ ਉਹਨਾਂ ਨੂੰ ਦੱਸਿਆ ਜਾਂਦਾ, ਪਹਿਲਾਂ ਤਾਂ ਉਹ ਫਿਰ ਵੀ ਵਿਸ਼ਵਾਸ ਨਹੀਂ ਕਰਦੇ, ਪਰ ਜਦੋਂ ਉਸ ਤੋਂ ਬਾਅਦ ਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਅਤੇ ਟ੍ਰੀਟਮੈਂਟ ਦੇ ਰਿਜ਼ਲਟ ਜਿਹੜੇ ਨੇ ਉਹ ਦਿਨਾਂ 'ਚ ਪੋਜ਼ਿਟਿਵ ਨਿਕਲਣੇ ਸ਼ੁਰੂ ਹੁੰਦੇ ਨੇ, ਅਤੇ ਯਕੀਨ ਅਸਲੀ ਉਦੋਂ ਹੀ ਆਉਂਦਾ ਕਿ ਵਾਕਈ ਹੀ ਮੈਨੂੰ ਆਹ ਪ੍ਰੋਬਲਮ ਸੀ ਜਿਹੜੀ ਕਿ ਫੜੀ ਗਈ ਅਤੇ ਅੱਜ ਮੈਂ ਬਿਲਕੁਲ ਤੰਦਰੁਸਤ ਹਾਂ। ਅਤੇ ਜੇ ਤੁਹਾਡੇ ਨਾਲ ਇੱਦਾਂ ਹੈਗਾ ਤਾਂ ਨੰਬਰ ਸਕਰੀਨ 'ਤੇ ਵੀ ਚੱਲ ਰਹੇ ਨੇ, ਡਾਕਟਰ ਹਰਨਾਮ ਸਿੰਘ ਜੀ ਨੇ ਵੀ ਬੋਲਤੇ ਨੇ, ਤੁਸੀਂ ਸੰਪਰਕ ਕਰ ਸਕਦੇ ਹੋ, ਮਿਲ ਸਕਦੇ ਹੋ। ਦਿਨ ਦੱਸ ਦਿੱਤੇ ਗਏ ਨੇ, ਪਟਿਆਲਾ, ਮਲੋਰ ਅਤੇ ਮੋਹਾਲੀ ਦੇ ਵਿੱਚ ਕਿਹੜੇ ਕਿਹੜੇ ਦਿਨ ਮਿਲਦੇ ਨੇ, ਨੰਬਰ ਨੀਚੇ ਸਕਰੀਨ 'ਤੇ ਚੱਲ ਰਹੇ ਨੇ, ਤੁਸੀਂ ਇੱਥੇ ਸੰਪਰਕ ਕਰੋ ਅਤੇ ਆਪਣੀ ਸਮੱਸਿਆ ਦਾ ਹੱਲ ਕਰੋ।
ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਖੋਲ੍ਹ ਕੇ ਵੇਖੇਗਾ, ਅਤੇ ਜੇਕਰ ਕੋਈ ਇੱਕ ਵੀ ਬੰਦਾ ਇਸ ਵੀਡੀਓ ਨੂੰ ਖੋਲ੍ਹ ਕੇ ਵੇਖਦਾ ਅਤੇ ਉਹਨਾਂ ਦੀ ਜੇਕਰ ਕੋਈ ਇੱਕ ਵੀ ਸਮੱਸਿਆ ਡਾਕਟਰ ਹਰਨਾਮ ਸਿੰਘ ਜੀ ਦੇ ਵੱਲੋਂ ਦੱਸੇ ਤਰੀਕਿਆਂ ਦੇ ਨਾਲ, ਡਾਕਟਰ ਹਰਨਾਮ ਸਿੰਘ ਜੀ ਵੱਲੋਂ ਦੱਸੇ ਜਿਹੜੇ ਸਿਮਟਮਸ ਦੇ ਅਨੁਸਾਰ ਜੇਕਰ ਫੜ ਕੇ ਅਤੇ ਉਸਨੂੰ ਠੀਕ ਕਰ ਲੈਂਦਾ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਰੇ ਚੈਨਲ ਨਿਊਜ਼ ਏਸ਼ੀਆ ਪੰਜਾਬੀ, ਨਿਊਜ਼ ਏਸ਼ੀਆ ਹਿੰਦੀ, ਆਵਾਜ਼ ਏ ਪੰਜਾਬ, ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਅਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦੇ ਇਜਾਜ਼ਤ, ਧੰਨਵਾਦ। ਧੰਨਵਾਦ ਜੀ।